ਗੁਰੂ ਪਿਆਰਿਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਤਨਾਮ ਸਿੰਘ ਸਲੋਪੁਰੀ ਸਿੱਖਸ ਹੈਲਪਿੰਗ ਸਿੱਖਸ ਵੱਲੋਂ ਤੁਹਾਡੀ ਸੇਵਾ 'ਚ ਹਾਜ਼ਰ। ਮੇਰਾ ਦੇਸ਼ ਮਹਾਨ ਉੱਤੇ ਮੈਂ ਅੱਜ ਕੁਛ ਕਹਿਣਾ ਚਾਹੁੰਦਾ। ਮੇਰਾ ਦੇਸ਼ ਮਹਾਨ UNO ਦੀ ਇੱਕ ਤਾਜ਼ਾ ਰਿਪੋਰਟ ਤੁਹਾਡੇ ਸਨਮੁੱਖ। ਦੁਨੀਆ ਵਿੱਚ ਖੁਸ਼ ਰਹਿਣ ਦੇ ਮਾਮਲੇ ਵਿੱਚ 156 ਦੇਸ਼ਾਂ ਵਿੱਚ ਭਾਰਤ ਜਿਹੜਾ ਹੈ 140ਵੇਂ ਸਥਾਨ 'ਤੇ ਆਇਆ ਹੈ। ਭਾਵ ਉਦਾਸੀ, ਡਿਪਰੈਸ਼ਨ, ਚਿੰਤਾਵਾਂ, ਗਮ, ਦੁਖੀ ਆਤਮਾਵਾਂ ਦੇ ਪੱਖੋਂ ਸਾਡਾ ਮਹਾਨ ਦੇਸ਼ ਪਹਿਲੀ ਪੁਜੀਸ਼ਨ ਲੈਣ ਵਾਲਾ ਹੈ। ਸਾਡੀਆਂ ਸਰਕਾਰਾਂ ਦੀ ਨੀਂਦ ਕਦੋਂ ਖੁੱਲ੍ਹੇਗੀ? ਘੁਰਾੜੇ ਕਦੋਂ ਬੰਦ ਹੋਣਗੇ? ਨੀਤੀਆਂ ਫੈਸਲੇ ਕਦੋਂ ਸਹੀ ਹੋਣਗੇ? ਰਾਮ ਮੰਦਰ, ਤਾਜ ਮਹਿਲ ਤੋਂ ਅਜਿਹੇ ਹੋਰ ਮੁੱਦਿਆਂ ਦੀ ਰਾਜਨੀਤੀ ਕਦੋਂ ਬਦਲੇਗੀ? ਐਜੂਕੇਸ਼ਨ, ਹੈਲਥ, ਇੰਪਲਾਇਮੈਂਟ ਦੇ ਮੁੱਦੇ ਕਦੋਂ ਸਾਡੀਆਂ ਸਰਕਾਰਾਂ ਦੀ ਪ੍ਰਾਇਓਰਿਟੀ ਬਣਨਗੇ? ਨਸ਼ੇ ਤਸਕਰ, ਰੇਤਾ ਮਾਫੀਆ, ਭ੍ਰਿਸ਼ਟਾਚਾਰ, ਵਿਜੇ ਮਾਲੀਆ ਵਰਗੇ ਅਪਰਾਧੀਆਂ ਦੇ ਖਾਤਮੇ ਦੀ ਗੱਲ ਲਈ ਸਰਕਾਰਾਂ ਕਦੋਂ ਗੰਭੀਰ ਹੋਣਗੀਆਂ? ਨਿਰਾਸ਼ਤਾ ਦੇ ਆਲਮ ਵਿੱਚ ਦਸੰਬਰ 2017 ਤੱਕ 3 ਸਾਲਾਂ ਵਿੱਚ 37,000 ਕਿਸਾਨ ਅਤੇ 26,500 ਸਟੂਡੈਂਟਸ ਆਤਮ ਹੱਤਿਆਵਾਂ ਕਰ ਗਏ। ਅਸਭਿਅਕ ਗੀਤਾਂ ਨੇ ਜਵਾਨੀ ਨਸ਼ਿਆਂ ਬਦਮਾਸ਼ੀ ਦੇ ਰਾਹ ਪਾ ਦਿੱਤੀ। ਗੈਂਗ ਰੇਪ ਵੱਧ ਗਏ। ਸੱਭਿਆਚਾਰ ਪਰੰਪਰਾਵਾਂ ਤੋਂ ਨੌਜਵਾਨ ਮੁੱਖ ਮੋੜਨ ਲੱਗਾ। ਇਕੱਲੇ ਪੰਜਾਬ ਵਿੱਚ ਏਡਸ ਦੇ ਰਜਿਸਟਰਡ ਮਰੀਜ਼ 1,00,000 ਦਾ ਅੰਕੜਾ ਪਾਰ ਕਰ ਚੁੱਕੇ ਹਨ। ਅਨਰਜਿਸਟਰਡ ਪਾ ਲਵੋ ਤਾਂ ਸਾਡੇ ਪੰਜਾਬ ਦੇ ਵਿੱਚ ਇਹ ਗਿਣਤੀ 2,00,000 ਤੋਂ ਉੱਪਰ ਟੱਪ ਸਕਦੀ ਹੈ। ਕੋਈ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਪੰਜਾਬ ਦੀ ਅਪਰਾਧ ਦਰ ਵੀ ਵਧੀ ਹੈ ਪਰ ਬਾਕੀ ਸੂਬਿਆਂ ਤੋਂ ਘੱਟ ਹੈ। ਕਤਲਾਂ ਦੇ ਮਾਮਲੇ 'ਚ ਪੰਜਾਬ ਬਾਕੀ ਸੂਬਿਆਂ ਤੋਂ 16ਵੇਂ ਨੰਬਰ 'ਤੇ ਆ। ਜਬਰ ਜਨਾਹ ਦੇ ਵਿੱਚ 17ਵੇਂ ਨੰਬਰ 'ਤੇ ਆ ਅਤੇ ਲੁੱਟਾਂ ਖੋਹਾਂ 'ਚ 18ਵੇਂ ਸਥਾਨ 'ਤੇ ਹੈ। ਧੀਆਂ ਦੇ ਵਿਆਹਾਂ ਅਤੇ ਸ਼ਰਾਬਾਂ ਦੇ ਟਰੱਕ ਕਰੋੜਨ 'ਚ ਸ਼ਾਇਦ ਪੰਜਾਬ ਮੋਰੀ ਹੈ। ਇੱਥੇ ਕੋਈ ਪੜ੍ਹਾਈ ਦੀ ਵੈਲਿਊ ਨਹੀਂ ਹੈ। ਮਿਹਨਤੀ ਮਨੁੱਖ ਦੀ ਮਿਹਨਤ ਦਾ ਸਰਕਾਰਾਂ ਮੁੱਲ ਨਹੀਂ ਪਾਉਂਦੀਆਂ। ਸਰਕਾਰਾਂ ਦੀ ਕੋਈ ਸਾਰਥਕ ਸਿੱਖਿਆ ਨੀਤੀ ਨਹੀਂ ਹੈ। ਅਨਪੜ੍ਹ ਸਿੱਖਿਆ ਮੰਤਰੀ ਜਾਂ ਘੱਟ ਪੜ੍ਹੇ ਸਿੱਖਿਆ ਮੰਤਰੀ ਸਿੱਖਿਆ ਨੀਤੀਆਂ ਬਣਾਉਂਦੇ ਹਨ। ਵਰਕ ਕਲਚਰ ਖਤਮ ਹੋ ਗਈ ਹੈ। ਨੌਜਵਾਨ ਵਿਦੇਸ਼ਾਂ ਨੂੰ ਭੱਜ ਰਿਹਾ ਹੈ। ਨੌਜਵਾਨ ਕਾਲਜ ਆਉਣ ਦੀ ਬਜਾਏ ਆਈਲੈਟਸ ਕਰਨ ਵੱਲ ਜਾ ਰਿਹਾ ਹੈ। ਪੁਰਾਣੇ ਸਥਾਪਿਤ ਕਾਲਜਾਂ 'ਚ ਘੱਟ ਰਹੀ ਵਿਦਿਆਰਥੀਆਂ ਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਅੰਦਰ 200 ਇੰਜੀਨੀਅਰਿੰਗ ਕਾਲਜ ਬੰਦ ਹੋ ਗਏ ਹਨ। 800 ਹੋਰ ਬੰਦ ਹੋ ਰਹੇ ਹਨ ਕਿਉਂਕਿ ਪਲੇਸਮੈਂਟ ਨਹੀਂ ਹੈ ਜਾਂ ਕਾਲਜ ਉਸ ਪੱਧਰ ਦੇ ਨਹੀਂ, ਕਮਰਸ਼ੀਅਲ ਜ਼ਿਆਦਾ ਹਨ। ਜਿਹੜੇ ਬੱਚੇ ਕੰਪੀਟੀਸ਼ਨ 'ਚ ਰਹਿ ਜਾਂਦੇ ਹਨ ਉਹਨਾਂ ਨੂੰ ਅਜਿਹੇ ਕਾਲਜ ਸਾਂਭਦੇ ਹਨ। ਸੋ ਅਥਾਰਟੀ ਅੱਗੋਂ ਇੰਜੀਨੀਅਰਿੰਗ ਕਾਲਜ ਖੋਲ੍ਹਣ ਦੇਣ ਦੀ ਮਨਜ਼ੂਰੀ ਬੰਦ ਕਰ ਰਹੀ ਹੈ। ਪ੍ਰੋਫੈਸ਼ਨਲ ਕਾਲਜਸ 'ਚ ਡੰਮੀ ਐਡਮਿਸ਼ਨਾਂ ਜ਼ਿਆਦਾ ਹਨ। ਹਰ ਪਾਸੇ ਮਾਯੂਸੀ ਹੈ। ਮਾਪੇ ਵੀ ਬੱਚਿਆਂ ਨੂੰ ਇਗਨੋਰ, ਨਿਗਲੈਕਟ ਅਤੇ ਅਵੋਇਡ ਕਰਦੇ ਹਨ ਜਾਂ ਡਾਂਟਦੇ ਹਨ। ਯੁਵਕ ਡਾਇਰੈਕਸ਼ਨਲੈਸ ਹੋ ਰਿਹਾ ਹੈ। ਕਿਸੇ ਪਾਸੇ ਆਸ ਦੀ ਚਿਣਗ ਦਿਖਾਈ ਨਹੀਂ ਦਿੰਦੀ। ਭਵਿੱਖ ਦੀ ਲੀਡਰਸ਼ਿਪ ਅੱਜ ਦੀ ਪੀੜ੍ਹੀ 'ਚੋਂ ਨਿਕਲਣੀ ਹੈ। ਇਸ ਨੂੰ ਧਰਮ ਨਾਲ ਜੋੜੇ ਬਿਨਾਂ ਨੈਤਿਕ ਕਦਰਾਂ ਕੀਮਤਾਂ ਨੂੰ ਬਚਾਇਆ ਨਹੀਂ ਜਾ ਸਕਣਾ। ਅੱਜ ਧਰਮ ਦੀ
ਰਾਜਨੀਤਿਕ ਹਿੱਤਾਂ ਲਈ ਕੀਤੀ ਜਾ ਰਹੀ ਗਲਤ ਵਰਤੋਂ ਨੌਜਵਾਨ ਨੂੰ ਧਰਮ ਤੋਂ ਦੂਰ ਕਰਦੀ ਹੈ। ਧਰਮ ਨੂੰ ਪਰਿਭਾਸ਼ਿਤ ਕਰਨਾ ਪਵੇਗਾ, ਕਿਉਂਕਿ ਧਰਮੀ ਖਵਾਉਣ ਵਾਲਿਆਂ ਦੇ ਜੋ ਵਰਤਾਰੇ ਨੇ ਉਹ ਧਰਮ ਨਹੀਂ ਹੈ। ਨੌਜਵਾਨ ਨੂੰ ਦੱਸਣਾ ਪਵੇਗਾ ਕਿ ਧਰਮ ਇੱਕ ਅਕੀਦਾ ਹੈ, ਧਰਮ ਨੇਕ ਨੀਤੀ ਹੈ, ਧਰਮ ਰੱਬ ਨੂੰ ਯਾਦ ਕਰਨਾ ਅਤੇ ਚੰਗੇ ਕੰਮ ਕਰਨੇ ਹਨ। ਚੰਗੇ ਕੰਮਾਂ ਦਾ ਗਿਆਨ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ, ਇਹ ਪੜ੍ਹ ਕੇ ਮਿਲੇਗਾ। ਨੌਜਵਾਨ ਧਰਮੀ ਖਵਾਉਣ ਵਾਲਿਆਂ ਦੇ ਵਰਤਾਰੇ ਦੇਖ ਧਰਮ ਤੋਂ ਦੂਰ ਨਾ ਜਾਵੇ। ਆਓ ਅੱਜ ਦੇ ਨੌਜਵਾਨ ਨੂੰ ਧਰਮ ਨਾਲ ਜੋੜਨ ਦੇ ਉਪਰਾਲੇ ਕਰੀਏ। ਜੋ ਆਪਣੀ ਬਾਣੀ ਨਾਲ ਜੁੜ ਗਿਆ ਬੁਰਾਈਆਂ ਤੋਂ ਬਚ ਜਾਵੇਗਾ। ਇਹਨਾਂ 'ਚੋਂ ਨਿਕਲਣ ਵਾਲੀ ਲੀਡਰਸ਼ਿਪ ਗਮੀ ਦੇ ਆਲਮ 'ਚੋਂ ਦੇਸ਼ ਨੂੰ ਕੱਢ ਸਕਦੀ ਹੈ। ਸਿੱਖਸ ਹੈਲਪਿੰਗ ਸਿੱਖਸ ਵੀਰ ਜਤਿੰਦਰ ਸਿੰਘ ਜੀ ਆਸਟ੍ਰੇਲੀਆ ਦੀ ਅਗਵਾਈ 'ਚ ਦੇਸ਼ ਦੀ, ਖਾਸ ਕਰਕੇ ਪੰਜਾਬ ਦੀ ਖੁਸ਼ਹਾਲੀ ਲਈ, ਵਿਕਾਸ ਲਈ, ਵਿਕਾਸ ਲਈ, ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹੈ। ਔਰ ਬਾਣੀ ਨਾਲ ਜੁੜਨ ਵਾਲੇ ਦੁਨੀਆ ਦੇ ਹਰ ਮਨੁੱਖ ਤੱਕ ਵੀਰ ਜਤਿੰਦਰਪਾਲ ਸਿੰਘ ਜੀ ਦੇ ਪਰਿਵਾਰਕ ਦਸਵੰਧ ਵਿੱਚੋਂ ਸਿੱਖਸ ਹੈਲਪਿੰਗ ਸਿੱਖਸ ਸ਼ਬਦਾਰਥ ਪੋਥੀਆਂ ਦੁਨੀਆ ਦੇ ਹਰ ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲ ਚੁੱਕਾਂ ਦੀ ਮਾਫ਼ੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।